ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਕਰੀਨ ਦੇ ਉੱਪਰ ਤੁਸੀਂ ਜਿਹੜੇ ਛੋਟੇ ਜਿਹੇ ਬੱਚੇ ਨੂੰ ਦੇਖਿਆ, ਇਹਦਾ ਨਾਂ ਏਕਮ ਆ ਜੀ, ਏਕਮ ਪ੍ਰੀਤ ਕੌਰ। ਅਤੇ ਇਹ ਬੱਚੀ 7 ਮਹੀਨਿਆਂ ਦੀ ਹੈ ਜੀ। ਅਤੇ ਇਹ ਬੱਚੀ ਨੇ ਅੱਜ ਤੋਂ 7 ਮਹੀਨੇ ਪਹਿਲਾਂ ਜਦੋਂ ਜਨਮ ਲਿਆ ਸੀ, ਉਸ ਟਾਈਮ ਵੀ ਬੜੇ ਇਹ ਬੱਚੀ ਦੇ ਉੱਪਰ ਮਾੜਾ ਸਮਾਂ ਚੱਲਦਾ ਸੀ ਅਤੇ ਬੜਾ ਕਹਿ ਦਈਏ ਹਾਲਾਤ ਇੱਦਾਂ ਦੇ ਸੀ ਪਰਿਵਾਰ ਦੇ। ਅਤੇ ਪਰਿਵਾਰ ਨੂੰ ਮਹਾਰਾਜ ਨੇ ਪਹਿਲਾਂ ਹੀ ਇਸ ਤਰੀਕੇ ਨਾਲ ਬਣਾਇਆ ਹੋਇਆ ਵਾ ਵੀ ਉਹ ਪਹਿਲਾਂ ਹੀ ਜ਼ਿੰਦਗੀ ਦੇ ਵਿੱਚ ਬਹੁਤ ਸਟਰਗਲ ਕਰ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਇਹ ਹਰਜਿੰਦਰ ਸਿੰਘ ਹੈ ਜੀ, ਵੀਰ ਖਾਲਸਾ ਜੀ ਸਾਡੇ, ਅਤੇ ਇਹ ਵੀਰ ਫਿਜੀਕਲ ਡਿਸੇਬਲ ਆ, ਇਹਨਾਂ ਦੀ ਲੱਤ ਕੰਮ ਨਹੀਂ ਕਰਦੀ, ਇਹ ਇਹਦੇ 'ਤੇ ਤੁਰਦੇ ਆ ਫੌੜੀ ਦੇ ਨਾਲ। ਅਤੇ ਇਹ ਭੈਣ ਆ, ਇਹਨਾਂ ਦੀ ਵਾਈਫ ਪ੍ਰੀਤੀ, ਇਹਦਾ ਨਾਂ ਅਮਰਦੀਪ ਕੌਰ ਆ। ਇਹ ਭੈਣ ਫਿਜੀਕਲੀ 100% ਡਿਸੇਬਲ ਆ, ਦੋਨੇ ਲੱਤਾਂ ਬਿਲਕੁਲ ਨਹੀਂ ਕੰਮ ਕਰਦੀਆਂ। ਇਹਨਾਂ ਦੋਨਾਂ ਜਾਣਿਆਂ ਦਾ ਵਿਆਹ ਜਿਹੜਾ 2016 ਦੇ ਵਿੱਚ ਹੋਇਆ, ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਜੋੜੀ ਬੜੀ ਵਧੀਆ ਬਣਾਈ ਸੀ ਅਕਾਲ ਪੁਰਖ ਨੇ ਵੀ, ਦੋਨੇ ਹੀ ਕਿਸੇ ਨਾ ਕਿਸੇ ਵਜ੍ਹਾ ਤਾਂ ਹੀਣੇ ਸੀ ਪਰ ਇੱਕ ਦੂਜੇ ਦਾ ਸਾਥ ਦੇ ਸਕਦੇ ਸੀਗੇ, ਪਰ ਸਾਥ ਦਿੰਦੇ ਰਹੇ, ਕਰਦੇ ਰਹੇ, ਜਿੰਨੀ ਕੋਸ਼ਿਸ਼ਾਂ ਕਰਨੀਆਂ ਸੀਗੀਆਂ, ਪਰ ਅਖੀਰ ਨੂੰ ਹਾਰ ਮਾਤਾ ਜੀ ਨੇ ਅਮਰਦੀਪ ਭੈਣ ਦੇ ਪ੍ਰੀਤੀ ਦੇ। ਅਤੇ ਇਹਨਾਂ ਨੇ ਜਦ ਜਿਵੇਂ ਤੁਹਾਨੂੰ ਦੱਸਿਆ ਬੱਚੀ ਇਹ ਛੋਟੀ ਬੱਚੀ ਹੋਣ ਵਾਲੀ ਸੀ, ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਬਹੁਤ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ। ਜਿਹੜੀ ਅਮਰਦੀਪ ਭੈਣ ਆ, ਇਹਨੂੰ ਫਿਜੀਕਲੀ ਬਹੁਤ ਪ੍ਰੋਬਲਮਾਂ ਆਉਂਦੀਆਂ ਸੀਗੀਆਂ। ਡਾਕਟਰ ਦੱਸਦੇ ਸੀਗੇ ਵੀ ਜਦ ਵੀ ਜੇ ਬੱਚਾ ਹੋਊਗਾ ਤਾਂ ਸ਼ਾਇਦ ਉਹ ਪ੍ਰੋਪਰ ਬੇਬੀ ਹੈ ਜਿਹੜਾ ਉਹ ਗਰੋਥ ਨਾ ਕਰ ਸਕੇ ਜਾਂ ਕੋਈ ਹੋਰ ਕਾਫੀ ਪ੍ਰੋਬਲਮਾਂ ਦੱਸਦੇ ਸੀਗੇ, ਪਰ ਇਸ ਜਿਹੜਾ ਗੁਰਸਿੱਖ ਜੋੜੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਉਹ ਟਾਸਰਾ ਜਨਮ ਲਿਆ। ਬੱਚੀ ਦੇ ਜਨਮ ਦੇ ਸਮੇਂ ਸਾਨੂੰ ਇਸ ਪਰਿਵਾਰ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਸਾਡੇ ਟੀਮ ਦੇ ਮੈਂਬਰ ਆ, ਸਾਡੇ ਪਰਿਵਾਰ ਦੇ ਮੈਂਬਰ ਆ ਅਸ਼ਵਨੀ ਬਾਈ ਜੀ ਅਤੇ ਭੈਣ ਜੀ, ਉਹਨਾਂ ਦੇ ਘਰੋਂ ਉਹਨਾਂ ਨੇ ਸਾਨੂੰ ਇਹਨਾਂ ਦੇ ਬਾਰੇ ਦੱਸਿਆ ਵੀ ਇੱਦਾਂ ਕਰਕੇ ਇੱਕ ਸਾਨੂੰ ਹੋਸਪਿਟਲ ਦੇ ਵਿੱਚ ਇੱਕ ਬੱਚੀ ਮਿਲੀ ਅਤੇ ਉਹ ਫਿਜੀਕਲੀ ਡਿਸੇਬਲ ਸੀ ਅਤੇ ਪਾਣੀ ਦੇ ਵਿੱਚ ਦੀ ਉਹ ਜਾ ਰਹੀ ਸੀ ਅਤੇ ਤੁਰ ਨਹੀਂ ਸਕਦੀ ਸੀ ਅਤੇ ਕੋਈ ਉਹਦਾ ਸਾਥ ਨਹੀਂ ਸੀ ਦੇ ਰਿਹਾ, ਤਾਂ ਉਹਨਾਂ ਨੇ ਸਾਥ ਦਿੱਤਾ। ਤਾਂ ਉਹਨਾਂ ਨੇ ਟ੍ਰੀਟਮੈਂਟ ਸ਼ੁਰੂ ਕਰਵਾਇਆ, ਵੀਲ ਚੇਅਰ ਲੈ ਕੇ ਦਿੱਤੀ ਇਸ ਭੈਣ ਨੂੰ। ਉਸ ਤੋਂ ਪਹਿਲਾਂ ਥੱਲੇ ਜ਼ਮੀਨ 'ਤੇ ਰੁੜ ਰੁੜ ਕੇ ਤੁਰਦੀ ਹੁੰਦੀ ਸੀ ਇਹ ਭੈਣ, ਅਤੇ ਪਰ ਉਸ ਵਾਹਿਗੁਰੂ ਨੇ ਕਿਰਪਾ ਕਰੀ, ਉਸ ਤੋਂ ਬਾਅਦ ਸਾਨੂੰ ਸੇਵਾ ਲਾ ਦਿੱਤੀ ਸੱਚੇ ਪਾਤਸ਼ਾਹ ਨੇ। ਇਸ ਭੈਣ ਦੇ ਜਦੋਂ ਇੱਕ ਬੱਚੀ ਹੋਣ ਵਾਲੀ ਸੀਗੀ, ਅਸੀਂ ਦੀਪਕ ਹੋਸਪਿਟਲ 'ਚ ਇਹਨਾਂ ਨੂੰ ਐਡਮਿਟ ਕਰਵਾਇਆ, ਆਪਰੇਸ਼ਨ ਦੇ ਨਾਲ ਵੱਡਾ ਆਪਰੇਟ ਹੋਇਆ ਸੀ ਅਤੇ ਉਹਦੇ ਨਾਲ ਏਕਮ ਪੈਦਾ ਹੋਈ, ਜਿਹੜੀ ਆ ਬੱਚੀ ਇਹਨਾਂ ਦੀ ਜ਼ਿੰਦਗੀ 'ਚ ਅੱਜ ਤੋਂ 7 ਮਹੀਨੇ ਪਹਿਲਾਂ ਆਈ। ਅਤੇ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਬੱਚੀ ਨੇ ਜਨਮ ਲਿਆ, ਜਿਹਦਾ ਨਾਮ ਏਕਮ ਰੱਖਿਆ ਇਹਨਾਂ ਨੇ। ਭੈਣ ਨੂੰ ਬਹੁਤ ਪ੍ਰੋਬਲਮ ਆ, ਹਜੇ ਵੀ ਬਹੁਤ ਪ੍ਰੋਬਲਮ ਆ, ਸਾਹਮਣਾ ਕਰਨਾ ਪੈਂਦਾ ਫਿਜੀਕਲੀ, ਗਾਇਨੀਜ ਕਾਫੀ ਪ੍ਰੋਬਲਮਾਂ ਚੱਲਦੀਆਂ ਨੇ, ਯਾਨੀ ਕਿ ਉਸ ਅਕਾਲ ਪੁਰਖ ਦੇ ਓਟ ਆਸਰੇ ਦੇ ਨਾਲ ਇਹ ਪਰਿਵਾਰ ਫਿਰ ਵੀ ਸਰਵਾਈਵ ਕਰੀ ਜਾ ਰਿਹਾ ਸੀ। ਵੀਰ ਹਰਜਿੰਦਰ ਸਿੰਘ ਨੇ ਦੱਸਿਆ ਵੀ ਮੈਂ ਆਪਣੀ ਮਿਹਨਤ ਕਰਨਾ ਚਾਹੁੰਦਾ ਵੀ ਹੁਣ ਤੱਕ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਆ, ਗੁਰੂ ਸਾਹਿਬ ਦਾ ਵੀ ਸੇਵਕ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਵੀ ਸੇਵਾ ਕੀਤੀ ਆ ਵੀਰ ਨੇ। ਤਰਨ ਤਾਰਨ ਤੋਂ ਆ ਪੱਟੀ ਤਹਿਸੀਲ ਅਤੇ ਤਰਨ ਤਾਰਨ ਜ਼ਿਲ੍ਹਾ ਅਤੇ ਪਿੰਡ ਪਿੰਕਾ ਇਹਨਾਂ ਦਾ ਵੀਰਾਂ ਦਾ, ਵੀਰ ਦਾ ਪੁਰਾਣਾ ਪਿੱਛਾ ਪਿੰਡ ਆ, ਅਤੇ ਵਿਧੀ ਚੰਦ ਜਿਹੜਾ ਡੇਰਾ ਵਾ ਨਿਹੰਗ ਸਿੰਘਾਂ ਦਾ, ਅਤੇ ਉਹਦੇ ਵਿੱਚ ਇਹ ਵੀਰ ਨੇ ਕਾਫੀ ਸਾਲ ਸੇਵਾ ਕਰੀ, ਉਹਨਾਂ ਉੱਥੇ ਮੈਂਬਰ ਰਿਹਾ। ਪਰ ਵਿਆਹ ਕਰਾਉਣ ਤੋਂ ਬਾਅਦ ਚਲੋ ਇਹਨੇ ਸੋਚਿਆ ਵੀ ਮੈਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਗ੍ਰਹਿਸਥੀ ਜੀਵਨ ਜਿਉਣਾ ਅਤੇ ਆਪਦਾ ਪਰਿਵਾਰ ਚਲਾਉਣਾ ਵਾ। ਬਹੁਤ ਸਫਲ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਸਫਲ ਨਹੀਂ ਹੋ ਸਕਿਆ ਵੀਰ ਇਹ। ਅਖੀਰ ਨੂੰ ਹੁਣ ਏਕਮ ਆਉਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਸਾਨੂੰ ਵੀ ਲੱਗਿਆ ਸੀ ਵੀ ਕਿਸ ਕੁਛ ਚੰਗਾ ਹੋਊਗਾ ਇਸ ਪਰਿਵਾਰ ਦੇ ਨਾਲ, ਵੀ ਇਸ ਪਰਿਵਾਰ ਦੇ ਵਿੱਚ ਇਸ ਬੱਚੀ ਨੇ ਜਨਮ ਲਿਆ ਏਕਮ ਨੇ, ਜਿਹੜਾ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀ, ਖੁਦ ਭੈਣ ਨੇ ਵੀ ਅਤੇ ਵੀਰ ਨੇ ਵੀ ਆਸ ਛੱਡਤੀ ਸੀ। ਤਾਂ ਫਿਰ ਕੁਛ ਕਮਾਉਣ ਦੀ ਚਾਹਨਾ ਦੇ ਨਾਲ ਵੀਰ ਨੇ ਆਟੋ ਬਾਰੇ ਸਾਨੂੰ ਦੱਸਿਆ ਵੀ ਮੈਂ ਆਟੋ ਚਲਾ ਸਕਦਾ, ਅਤੇ ਅਸੀਂ ਕੁਛ ਕੋਸ਼ਿਸ਼ ਕੀਤੀ, ਕੁਛ ਹੋਰ ਵੀਰਾਂ ਨੇ ਉਪਰਾਲਾ ਕੀਤਾ ਅਤੇ ਡਾਊਨ ਪੇਮੈਂਟ ਦੇ ਕੇ ਕਿਸ਼ਤਾਂ ਦੇ ਉੱਪਰ ਇਹਨੂੰ ਅਸੀਂ ਵੀਰ ਨੂੰ ਇੱਕ ਆਟੋ ਰਿਕਸ਼ਾ ਲੈ ਕੇ ਦਿੱਤਾ, ਜਿਹੜਾ ਜਿਹਦੇ 'ਤੇ ਆਪਦੀ ਕਮਾਈ ਕਰ ਸਕਦਾ, ਰੋਟੀ ਰੋਜੀ ਰੋਟੀ ਜੋਗੇ ਸਾਧਨ ਕਰ ਸਕਦਾ। ਆਟੋ ਲਿਆਏ ਨੂੰ ਹਜੇ 2 ਮਹੀਨੇ ਹੀ ਹੋਏ ਸੀਗੇ ਵੀਰ ਦੇ, ਪਹਿਲਾਂ ਤਾਂ ਅਮਰਦੀਪ ਭੈਣ ਬਹੁਤ ਬਿਮਾਰ ਚੱਲ ਰਹੀ ਆ, ਜਿਵੇਂ ਰੋਜ਼ ਹੋਸਪਿਟਲਾਂ ਦੇ ਵਿੱਚ ਇਹਨੂੰ ਲਈ ਫਿਰਦਾ ਰਹਿੰਦਾ ਸੀਗਾ, ਅਤੇ ਹੁਣ ਅਚਾਨਕ ਇਸ ਵੀਰ ਜਿਹੜੇ ਜਿਹਦੇ ਕਰਕੇ ਅਸੀਂ ਅੱਜ ਤੁਹਾਡੇ ਸਾਹਮਣੇ ਆਏ ਹਾਂ, ਜਿਹੜਾ ਕਾਰਨ ਇਸ ਪਰਿਵਾਰ ਨੂੰ ਅੱਜ ਤੁਹਾਡੇ ਸਾਹਮਣੇ ਲੈ ਕੇ ਆਇਆ, ਕਿਉਂਕਿ ਜਿੰਨੀ ਅਸੀਂ ਕੋਸ਼ਿਸ਼ ਕਰ ਸਕਦੇ, ਜਿੰਨੀ ਅਸੀਂ ਹੈਲਪ ਕਰ ਸਕਦੇ, ਜਿਵੇਂ ਤੁਹਾਨੂੰ ਦੱਸਿਆ ਏਕਮ ਦਾ ਦੁਨੀਆਂ ਦੇ ਵਿੱਚ ਆਉਣਾ, ਭੈਣ ਦਾ ਇਲਾਜ ਕਰਾਉਣਾ, ਆਟੋ ਲੈ ਕੇ ਦੇਣਾ, ਜਾਂ ਹੋਰ ਰਾਸ਼ਨ ਦੀ ਲੋੜ ਹੁੰਦੀ ਹੈ ਰਾਸ਼ਨ ਦੇਣਾ, ਜਾਂ ਜਿੰਨੀ ਵੀ ਅਸੀਂ ਕਰ ਸਕਦੇ ਸੀ ਪਰਿਵਾਰ ਦੀ ਹੈਲਪ ਅਸੀਂ ਕਰਦੇ ਰਹਿੰਦੇ ਸੀ। ਤਾਂ ਅੱਜ ਅਸੀਂ ਤੁਹਾਡੇ ਸਾਹਮਣੇ ਇਹਨਾਂ ਨੂੰ ਤਾਂ ਲੈ ਕੇ ਆਏ ਵੀ ਅੱਜ ਇਸ ਪਰਿਵਾਰ ਦੇ ਉੱਤੇ ਇੱਕ ਹੋਰ ਮੁਸੀਬਤ ਦਾ ਬਹੁਤ ਵੱਡਾ ਜਿਹੜਾ ਕਹਿ ਦਈਏ ਬੋਝ ਆ ਪਿਆ ਵਾ, ਮੁਸੀਬਤ ਇਹਨਾਂ ਦੇ ਉੱਪਰ ਹੋਰ ਆਉਣ ਪਈ ਹੈ ਇਸ ਪਰਿਵਾਰ 'ਤੇ। ਇਹ ਵੀਰ ਜਿਹੜਾ ਆਟੋ ਚਲਾਉਂਦੇ ਨੂੰ ਹਜੇ 2 ਮਹੀਨੇ ਹੋਏ ਆਟੋ ਲੈ ਕੇ ਦਿੱਤੇ ਨੂੰ, ਤਾਂ ਇਹਦੇ ਆਪਦੇ ਚੈਸਟ ਦੇ ਵਿੱਚ ਪੇਨ ਹੋਣ ਲੱਗ ਗਈ ਬਹੁਤ ਜ਼ਿਆਦਾ,
ਅਤੇ ਚੈਸਟ ਦੇ ਵਿੱਚ ਪੇਨ ਹੋਣ ਤੋਂ ਬਾਅਦ ਖੂਨ ਆਉਣ ਲੱਗ ਗਿਆ ਮੂੰਹ ਦੇ ਥਾਈਂ, ਜਦ ਵੀ ਥੋੜ੍ਹਾ ਜਿਹਾ ਵੀ ਕੋਈ ਆਟੋ ਚਲਾਉਂਦਾ ਸੀ ਜਾਂ ਗੇੜਾ ਲਾਉਂਦਾ ਸੀ ਤਾਂ ਦਰਦ ਬਹੁਤ ਹੁੰਦਾ ਸੀ। ਤਾਂ ਵੀਰ ਨੇ ਸਾਡੇ ਨਾਲ ਸੰਪਰਕ ਕੀਤਾ, ਅਸੀਂ ਚੈੱਕਅਪ ਕਰਵਾਇਆ, ਪਹਿਲਾਂ ਵੀ ਮੈਡੀਸਨ ਚੱਲਦੀ ਸੀ ਕਾਫੀ ਸਮੇਂ ਤੋਂ ਇਹਦੀ ਵੀ, ਅਤੇ ਜਦੋਂ ਚੈੱਕਅਪ ਕਰਵਾਇਆ ਤਾਂ ਪਤਾ ਲੱਗਿਆ ਵੀ ਇਹਦਾ ਜਿਹੜਾ ਲੰਗਸ ਆ, ਜਿਹੜਾ ਫੇਫੜਾ ਵਾ ਇਹਦਾ ਖੱਬੇ ਪਾਸੇ ਦਾ, ਉਹ ਗਲ ਚੁੱਕਿਆ ਵਾ ਅਤੇ ਉਹ ਫੇਫੜਾ ਕੱਢਣਾ ਪੈਣਾ ਡਾਕਟਰ ਕਹਿੰਦੇ, ਅਤੇ ਉਹਦਾ ਆਪਰੇਟ ਹੋਣਾ ਵਾ। ਉਹ ਆਪਰੇਟ ਵੀ ਕਾਫੀ ਵੱਡਾ ਅਤੇ ਖਤਰਨਾਕ ਆਪਰੇਟ ਆ, ਅਤੇ ਉਹਦੇ ਲਈ ਇਹ ਉਸੇ ਸਾਈਡ ਤੋਂ ਵੀਰ ਇਹ ਫੋੜੀ ਲਾਉਂਦਾ ਵਾ। ਹਰਿੰਦਰ ਖੜਾ ਹੋਇਆ, ਹਰਿੰਦਰ ਮਾੜਾ ਸੰਗਤ ਜੀ ਨੂੰ ਪਤਾ ਲੱਗੇ ਇਹ ਵੀਰ ਦੀ ਜ਼ਿੰਦਗੀ ਦਾ ਕਿਹੜੀਆਂ ਤਕਲੀਫਾਂ ਦੇ ਵਿੱਚੋਂ ਨਿਕਲ ਰਿਹਾ, ਤੁਹਾਨੂੰ ਅਸੀਂ ਜਾਣੂ ਕਰਵਾਉਂਦੇ ਵੀ ਇਹ ਵੀਰ ਦੇ ਇੱਥੇ ਹੀ ਇਹ ਚੀਜ਼ ਨੂੰ ਲਗਾ ਕੇ ਤੁਰਦਾ ਪੂਰੇ ਸਰੀਰ ਦਾ ਵਜਨ ਚੱਕਦਾ, ਅਤੇ ਇਸੇ ਪਾਸੇ ਦਾ ਹੀ ਫੇਫੜਾ ਇਹਦਾ ਗਲ ਗਿਆ ਵੀਰ ਦਾ। ਅਤੇ ਜਦੋਂ ਇਹਦੇ ਨਾਲ ਵੀ ਚਾਰ ਕਦਮ ਵੀ ਤੁਰਦਾ ਜਾ ਕੇ ਬਹਿ ਜਾ ਸੀ, ਅਤੇ ਬੱਚੀ ਨੂੰ ਆ ਦੇਖੋ ਕਿੱਦਾਂ ਬੱਚੀ ਉਹਦਾ ਪਿਆਰ ਕਰਦੀ ਹੈ ਅਤੇ ਕਿੱਦਾਂ ਚਾਹੁੰਦੀ ਹੈ ਪਾਪਾ ਮੈਨੂੰ ਚੱਕੂਗਾ, ਅਤੇ ਪਾਪਾ ਆਪਦੇ ਆਪਦਾ ਬੋਝ ਵੀ ਚੱਕਣ ਲਈ ਇਸ ਟਾਈਮ 'ਤੇ ਆ ਉਹਨੂੰ ਮਹਾਰਾਜ ਨੇ ਪਤਾ ਨਹੀਂ ਕਿਉਂ ਇਸ ਹਾਲਾਤਾਂ ਦੇ ਵਿੱਚ ਲਿਆਂਦਾ ਹੋਇਆ ਵਾ ਵੀ ਉਹ ਚੱਕ ਨਹੀਂ ਪਾ ਰਿਹਾ। ਅਤੇ ਹੁਣ ਜਦੋਂ ਡਾਕਟਰਾਂ ਨੇ ਦੱਸਿਆ ਵੀ ਆਪਰੇਸ਼ਨ 'ਤੇ ਖਰਚਾ ਘੱਟੋ ਘੱਟ 2-2.5 ਲੱਖ ਦੇ ਕਰੀਬ ਖਰਚਾ ਆਉਣਾ ਵਾ, ਅਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕੁਛ ਖਰਚਾ ਤਾਂ ਅਸੀਂ ਕਰ ਸਕਦੇ ਹਾਂ ਜਿੰਨੇ ਕੁ ਅਸੀਂ ਚੁੱਕੇ, ਸਾਨੂੰ ਮਹਾਰਾਜ ਨੇ ਬਣਾਇਆ, ਅਸੀਂ ਪੂਰੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅੱਜ ਤੁਹਾਡੇ ਸਾਹਮਣੇ ਇਹਨਾਂ ਨੂੰ ਲੈ ਕੇ ਆਉਣ ਦਾ ਇਹੀ ਕਾਰਨ ਆ ਵੀ ਮੈਡੀਵੇ ਹੋਸਪਿਟਲ ਦੇ ਵਿੱਚ ਲੁਧਿਆਣੇ ਡਾਕਟਰ ਬੇਦੀ ਆ, ਉਹਨਾਂ ਦੇ ਅੰਡਰ ਇਹਨਾਂ ਦਾ ਆਪਰੇਟ ਹੋਣਾ ਵਾ। ਪਰਸੋਂ ਨੂੰ ਇਸ ਵੀਰ ਨੂੰ ਅਸੀਂ ਐਡਮਿਟ ਕਰਾਉਣਾ, ਪਰਸੋਂ ਨੂੰ ਜਾਂ ਚੌਥ ਨੂੰ ਉਹਨਾਂ ਨੇ ਕੁਛ ਦਵਾਈਆਂ ਦਿੱਤੀਆਂ ਵਾ, ਜਦੋਂ ਇਹ ਪੂਰੇ ਐਲੀਜੀਬਲ ਹੋਏ ਆਪਰੇਸ਼ਨ ਲਈ ਤਾਂ ਉਦੋਂ ਕਰਨਾ। ਅਤੇ ਉੱਥੇ ਮੈਡੀਵੇ ਹੋਸਪਿਟਲ ਦੇ ਵਿੱਚ ਸਿੱਧਾ ਡਾਇਰੈਕਟ ਤੁਸੀਂ ਇਹਨਾਂ ਦੇ ਇਲਾਜ ਦੇ ਵਿੱਚ ਸਹਿਯੋਗ ਦੇ ਸਕਦੇ ਹੋ, ਹਿੱਸਾ ਪਾ ਸਕਦੇ ਹੋ। ਇਸ ਵੀਰ ਦੀ ਜ਼ਿੰਦਗੀ ਦੇ ਵਿੱਚ ਪਹਿਲਾਂ ਹੀ ਜਿਵੇਂ ਤੁਹਾਨੂੰ ਦੱਸਿਆ ਬਹੁਤ ਅੜਚਣਾ ਨੇ ਆ ਕੇ ਘੇਰਾ ਪਾਇਆ ਹੋਇਆ ਸੀਗਾ, ਤਾਂ ਹੁਣ ਖੁਦ ਵੀਰ ਆਪ ਇਸ ਜ਼ਿੰਦਗੀ ਨੂੰ ਇਸ ਟਾਈਮ ਇਸ ਤਰੀਕੇ ਨਾਲ ਜੀ ਰਿਹਾ ਵੀ ਬਹੁਤ ਮਾੜੇ ਹਾਲਾਤ, ਵੀ ਪਤਾ ਹੀ ਨਹੀਂ ਕੁਛ ਵੀ ਕੀ ਹੋ ਜਾਣਾ। ਇੰਨਾ ਦਿਲ ਛੱਡਿਆ ਹੋਇਆ ਸੀ ਵੀਰ ਨੇ ਵੀ ਮੈਂ ਹੁਣ ਕੀ ਕਰੂੰ, ਮੈਂ ਖਤਮ ਹੋ ਜਾਣਾ, ਮਰ ਜਾਣਾ, ਪਰ ਅਕਾਲ ਪੁਰਖ ਦੀ ਕਿਰਪਾ, ਸੱਚੇ ਪਾਤਸ਼ਾਹ ਜੀ ਤੁਹਾਡੇ ਆਸ਼ੀਰਵਾਦ, ਤੁਹਾਡੇ ਸਹਿਯੋਗ ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਇੰਨੀ ਵੱਡੀ ਸੇਵਾ ਚਲਾ ਰਹੇ ਹਾਂ। ਤਾਂ ਅਸੀਂ ਵੀਰ ਦਾ ਸਾਥ ਦੇਣ ਦਾ ਸੋਚਿਆ ਵੀ ਅਸੀਂ ਨਾਲ ਖੜੇ ਹਾਂ ਤੇਰੇ, ਤੁਸੀਂ ਟੈਨਸ਼ਨ ਨਾ ਲਓ, ਇਲਾਜ ਦੇ ਵਿੱਚ ਜੋ ਵੀ ਹੋਣਾ ਕਰਨਾ ਪਿਆ ਤੁਹਾਡੀ ਖਾਤਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਇੱਕ ਹੋਰ ਸਭ ਤੋਂ ਚੰਗੀ ਅਤੇ ਸਿਆਣੀ ਸੋਚ ਦੀ ਗੱਲ ਦੱਸਦੇ ਹਾਂ, ਇਹ ਵੀਰ ਕਹਿੰਦਾ ਵੀ ਮੈਂ ਅੰਮ੍ਰਿਤ ਛੱਕ ਕੇ ਫਿਰ ਅਪਰੇਟ ਕਰਾਉਣਾ, ਪਹਿਲਾਂ ਸਭ ਤੋਂ ਮੈਂ ਚਾਹੁੰਦਾ ਮੈਂ ਅੰਮ੍ਰਿਤ ਛੱਕਣਾ ਗੁਰੂ ਵਾਲਾ ਬਣਨਾ ਚਾਹੁੰਦਾ, ਵੀ ਮੈਂ ਵਿਧੀ ਚੰਦੀਆਂ ਦੇ ਵਿੱਚ ਵੀ ਰਿਹਾ, ਸਾਰੇ ਪਾਸੇ ਰਿਹਾ, ਅੱਜ ਤੱਕ ਕੋਈ ਮੈਂ ਇਹੋ ਉਹ ਤਾਂ ਨਹੀਂ ਕੀਤਾ ਵੀ ਭ੍ਰਿਸ਼ਟ ਤਾਂ ਨਹੀਂ ਹੋਇਆ, ਪਰ ਮੈਂ ਅੰਮ੍ਰਿਤ ਨਹੀਂ ਛੱਕਿਆ, ਮੈਂ ਅੱਜ ਅੰਮ੍ਰਿਤ ਛੱਕ ਕੇ ਫਿਰ ਅਪਰੇਟ ਕਰਾਉਣਾ ਵਾ। ਅਤੇ ਕੱਲ੍ਹ ਅਸੀਂ ਤਖਤੂਪੁਰਾ ਸਾਹਿਬ ਸਾਡੇ 6ਵੇਂ ਪਾਤਸ਼ਾਹੀ, ਪਹਿਲੇ ਪਾਤਸ਼ਾਹੀ ਅਤੇ 10ਵੇਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਧਰਤੀ, ਭਾਈ ਸਾਹਿਬ ਹਰਜਿੰਦਰ ਸਿੰਘ ਜੀ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ, ਉਹਨਾਂ ਨੇ ਕੱਲ੍ਹ ਘੱਟੋ ਘੱਟ ਨੇ 350 ਦੇ ਕਰੀਬ ਗੁਰਸਿੱਖ ਬੀਬੀ ਬੀਬੀਆਂ ਅਤੇ ਵੀਰਾਂ ਅਤੇ ਭਰਾਵਾਂ ਨੂੰ ਅੰਮ੍ਰਿਤ ਛਕਾਇਆ। ਬੜਾ ਵੱਡਾ ਉਪਰਾਲਾ ਸੀ, ਕੱਲ੍ਹ ਅਸੀਂ ਉੱਥੇ ਵੀ ਜਾ ਕੇ ਆਏ ਹਾਂ ਅਤੇ ਉੱਥੇ ਕੱਲ੍ਹ ਅਸੀਂ ਵੀਰ ਨੂੰ ਉਹਨਾਂ ਨੂੰ ਭੈਣ ਉਹਨਾਂ ਨੂੰ ਵੀ ਲੈ ਕੇ ਗਏ ਸੀ, ਉੱਥੇ ਵੀਰ ਨੇ ਚੂੜਾ ਛਕਿਆ ਅਤੇ ਉਹਨਾਂ ਨੇ ਵੀਰ ਨੂੰ ਇੱਕ ਬੇਨਤੀ ਕੀਤੀ ਆ ਵੀ ਆਪਰੇਸ਼ਨ ਕਰਾਉਣ ਤੋਂ ਬਾਅਦ ਪ੍ਰੋਪਰ ਅੰਮ੍ਰਿਤ ਛਕਿਓ, ਕਿਉਂਕਿ ਹਜੇ ਤੁਹਾਡਾ ਇਹ ਚੀਰਾ ਲੱਗਣਾ ਅਤੇ ਰੋਮ ਕੱਟੇ ਜਾਣੇ ਆ। ਅਤੇ ਅਕਾਲ ਪੁਰਖ ਦੀ ਐਡੀ ਕਿਰਪਾ ਵੀਰ 'ਤੇ, ਐਡੀ ਚੰਗੀ ਸੋਚ ਵਾਲਾ ਵੀਰ ਆ, ਸੱਚੇ ਪਾਤਸ਼ਾਹ ਨੇ ਇੰਨੀ ਸੋਹਣੀ ਕੁੜੀ ਵਾਹਿਗੁਰੂ ਨੇ ਬਖਸ਼ਿਆ, ਬੱਚਾ ਬਖਸ਼ਿਆ ਏਕਮ, ਅਤੇ ਇੱਦਾਂ ਦੀ ਇੱਕ ਭੈਣ ਜਿਹੜੀ ਇਹਦੀ ਵਾਈਫ ਆ, ਉਹ ਇੰਨੇ ਸਾਊ ਸੁਭਾਅ ਦੀ, ਇੰਨੇ ਚੰਗੇ ਨੇਚਰ ਦਾ ਪਰਿਵਾਰ ਆ, ਮਾਤਾ ਜੀ ਹੋਣੀ ਆ ਇਹਨਾਂ ਦੇ ਅੱਗੇ, ਮਦਰ ਨੇ, ਜਾਣੀ ਕਿ ਪੂਰਾ ਪਰਿਵਾਰ ਦਾ ਕੋਆਪਰੇਟ ਕਰਦਾ। ਪਰ ਪੈਸਾ ਅੱਜ ਕੱਲ੍ਹ ਤੁਹਾਨੂੰ ਪਤਾ ਮਾਇਆ ਇੱਕ ਇਹੋ ਜਿਹਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਆ ਵੀ ਇੱਕ ਆਮ ਘਰ ਦਾ ਇੱਕ ਇਨਸਾਨ ਜੇ ਉਹਨੂੰ ਕੋਈ ਬਿਮਾਰੀ ਘੇਰ ਲਵੇ, ਛੋਟੀ ਬਿਮਾਰੀ ਵੀ ਘੇਰ ਲਵੇ, ਤਾਂ ਉਹ ਇਲਾਜ ਨਹੀਂ ਕਰਵਾ ਸਕਦਾ। ਉਹ ਬੰਦਾ ਅੱਜ ਕੱਲ੍ਹ ਇਲਾਜ ਤੋਂ ਇੰਨਾ ਦੂਰ ਹੋ ਚੁੱਕਿਆ, ਕਿਉਂਕਿ ਇਲਾਜ ਇੰਡੀਆ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਇੰਨਾ ਮਹਿੰਗਾ ਹੋ ਚੁੱਕਿਆ, ਕਿਉਂਕਿ ਇੰਨਾ ਜ਼ਿਆਦਾ ਕਰਪਸ਼ਨ ਪੈਦਾ ਹੋ ਚੁੱਕੀ ਆ, ਮੈਡੀਸਨ ਦੇ ਵਿੱਚ ਹੀ ਇੰਨਾ ਜ਼ਿਆਦਾ ਫਰਕ ਆ, ਆਪਰੇਟ ਖਰਚੇ ਇੰਨੇ ਮਹਿੰਗੇ ਆ, ਜਾਣੀ ਕਿ ਹਰ ਚੀਜ਼ ਦੇ ਵਿੱਚ ਇੱਕ ਗਰੀਬ ਅਤੇ ਆਮ ਬੰਦਾ ਜਿਹੜਾ ਰੋਜ਼ 300-400 ਰੁਪਇਆ ਕਮਾਉਣ ਵਾਲਾ ਬੰਦਾ, ਉਹ ਆਪਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਮੁਸੀਬਤਾਂ ਨੂੰ ਕੱਟੀਆਂ ਨਹੀਂ ਚੱਲ ਸਕਦਾ। ਅਤੇ ਇਹ ਅਕਾਲ ਪੁਰਖ ਨੇ, ਸੱਚੇ ਪਾਤਸ਼ਾਹ ਨੇ ਸਾਨੂੰ ਸੇਵਾ ਲਾਈ ਆ, ਸਾਡੀ ਟੀਮ ਪੂਰੀ ਤਨਦੇਹੀ ਨਾਲ ਸੇਵਾ ਕਰੂਗੀ, ਤੁਹਾਡੇ ਸਹਿਯੋਗ ਦੀ ਲੋੜ ਆ। ਤੁਸੀਂ ਵੀ ਇਸ ਵੀਰ ਦੀ, ਹਰਜਿੰਦਰ ਸਿੰਘ ਅਤੇ ਭੈਣ ਅਮਰਦੀਪ ਅਤੇ ਏਕਮ, ਇਹ ਤਿੰਨਾਂ ਜਾਣਿਆਂ ਦੀ ਜ਼ਿੰਦਗੀ ਦੇ ਉੱਤੇ ਅਸਰ ਪਊਗਾ, ਤੁਹਾਡੇ ਦਿੱਤੇ ਹੋਏ 10 ਰੁਪਈਏ ਵੀ ਉਸ ਹੋਸਪਿਟਲ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਨੂੰ ਸਵਾਰ ਸਕਦੇ ਆ, ਇਸ ਬੱਚੀ ਦੀ ਜ਼ਿੰਦਗੀ ਨੂੰ ਸਵਾਰ ਸਕਦੇ ਆ। ਇਸ ਟਾਈਮ ਇਹਨਾਂ ਕੋਲ ਆਪਣਾ ਘਰ ਵੀ ਹੈ ਨਹੀਂ, ਕਿਰਾਏ 'ਤੇ ਰਹਿੰਦੇ ਆ, ਅਤੇ ਇਸ ਪਰਿਵਾਰ ਦੇ ਵਿੱਚ ਹਜੇ ਬਹੁਤ ਹੋਰ ਔਣਤਾਈਆਂ ਜਿਹੜੀਆਂ ਪੂਰੀਆਂ ਕਰਨੀਆਂ, ਉਹ ਸਰਕਾਰ ਪੁਰਖ ਨੇ ਆਪੇ ਹੀ ਕਰ ਦੇਣੀਆਂ। ਪਰ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਵੀਰ ਦੀ ਸਿਹਤ ਜਾਬੀ, ਇਸ ਵੀਰ ਦੀ ਚੰਗੀ ਜ਼ਿੰਦਗੀ ਦੀ ਕਾਮਨਾ ਕਰਨੀ, ਤਾਂ ਜੋ ਇਹ ਆਪਦੇ ਪਰਿਵਾਰ ਨੂੰ ਪਾਲ ਸਕੇ,
ਤਾਂ ਜੋ ਇਸ ਏਕਮ ਨੂੰ ਆਪਣੀ ਬੱਚੀ ਨੂੰ ਚੰਗੀ ਜ਼ਿੰਦਗੀ ਦੇ ਸਕੇ ਤੇ ਇੰਨੀਆਂ ਕੀ ਸਾਡੀਆਂ ਬੇਨਤੀਆਂ ਵੀ ਤੁਸੀਂ ਪਲੀਜ਼ ਇਸ ਵੀਰ ਦੀ ਸਿਹਤ ਜਾਬੀ ਲਈ ਅਰਦਾਸ ਜ਼ਰੂਰ ਕਰਿਓ ਅਮਰਦੀਪ ਭੈਣ ਦੇ ਏਕਮ ਦੇ ਵਾਸਤੇ ਵੀ ਚੰਗੀ ਜ਼ਿੰਦਗੀ ਦੀ ਕਾਮਨਾ ਕਰਿਓ ਅਰਦਾਸ ਕਰਿਓ ਤਾਂ ਜੋ ਇਹ ਪਰਿਵਾਰ ਚੰਗਾ ਤਰੀਕੇ ਨਾਲ ਕਿਉਂਕਿ ਜੇ ਫਿਜ਼ੀਕਲ ਡਿਸੇਬਲ ਹੈ ਇਹਦਾ ਮਤਲਬ ਇਹ ਨਹੀਂ ਹੈਗੇ ਵੀ ਇਹ ਕੁਝ ਕਰ ਨਹੀਂ ਸਕਦੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਕੋਈ ਜਿਉਣ ਦਾ ਹੱਕ ਨਹੀਂ ਅਤੇ ਸਾਰਿਆਂ ਦਾ ਸਾਡਾ ਹੱਕ ਬਣਦਾ ਵੀ ਇੱਦਾਂ ਦੇ ਪਰਿਵਾਰਾਂ ਦਾ ਸਾਥ ਦਿਓ ਅਸੀਂ ਤੁਹਾਨੂੰ ਜਿਵੇਂ ਪਤਾ ਪਰਿਵਾਰਾਂ 'ਚ ਹੈਲਪ ਨਹੀਂ ਕਰਦੇ ਪਰ ਇਹ ਪਰਿਵਾਰ ਇਸ ਤੋਂ ਵੱਧ ਮਾੜੇ ਹਾਲਾਤਾਂ ਦੇ ਵਿੱਚ ਜਾਂ ਇਸ ਤੋਂ ਵੱਧ ਲੋੜਵੰਦ ਪਰਿਵਾਰ ਕਿੱਦਾਂ ਹੋ ਸਕਦਾ ਵੱਡੀਆਂ ਪ੍ਰੋਬਲਮਾਂ ਨੇ ਘੇਰ ਰੱਖਿਆ ਵਾ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਿਓ ਵੀ ਇਹ ਪਰਿਵਾਰ ਚੰਗੀ ਜ਼ਿੰਦਗੀ ਜਿਉਵੇਂ ਇਹ ਵੀ ਹੱਕਦਾਰ ਆ ਉਸ ਸਮਾਜ ਦੇ ਵਿੱਚ ਚੰਗੀ ਜ਼ਿੰਦਗੀ ਜਿਉਣ ਦੇ ਜਿਹੜੀ ਤੁਸੀਂ ਜਿਉ ਰਹੇ ਹੋ ਇੰਨੀਆਂ ਕੀ ਬੇਨਤੀਆਂ ਅਤੇ ਇੰਨੀਆਂ ਕੀ ਜਾਣਕਾਰੀਆਂ ਸੀ ਜੀ ਸਾਡੇ ਨੰਬਰ 97-803-7771 ਜੀ 82-848 ਅਤੇ 0071 ਇਹਨਾਂ ਦੋਨਾਂ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਲੈਣੀ ਆ ਏਕਮ ਦੇ ਫੈਮਿਲੀ ਦੇ ਬਾਰੇ 'ਚ ਜਾਂ ਕੋਈ ਜਾਣਕਾਰੀ ਦੇਣੀ ਆ ਏਕਮ ਦੀ ਫੈਮਿਲੀ ਦੇ ਬਾਰੇ 'ਚ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਮੈਡੀਵੇ ਹੋਸਪਿਟਲ ਜੀ ਫਿਰੋਜ਼ਪੁਰ ਰੋਡ ਦੇ ਉੱਪਰ ਡਾਕਟਰ ਬੇਦੀ ਦੇ ਅੰਡਰ ਇਸ ਵੀਰ ਦਾ ਆਪਰੇਸ਼ਨ ਹੋਣਾ ਵਾ ਉਹਦੇ ਵਿੱਚ ਤੁਸੀਂ ਉੱਥੇ ਸਿੱਧਾ ਜਾ ਕੇ ਸਹਿਯੋਗ ਦੇ ਸਕਦੇ ਹੋ ਜੀ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਵੀ ਕਰਿਓ ਤਾਂ ਜੋ ਇਹ ਏਕਮ ਆ ਇਹ ਚੰਗੀ ਜ਼ਿੰਦਗੀ ਜਿਉ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੰਦਰ ਜੀ ਤੁਸੀਂ ਕੋਈ ਬੇਨਤੀ ਕਰਨੀ ਚਾਹੁੰਦੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਇੰਨਾ ਕਹਿਣਾ ਚਾਹਾਂਗਾ ਕਿ ਭਾਈ ਗੁਰਪ੍ਰੀਤ ਸਿੰਘ ਜੀ ਨੇ ਇੰਨੀ ਜ਼ਿਆਦਾ ਸਾਡੀ ਮਦਦ ਕੀਤੀ ਆ ਕਿ ਜਿੱਥੇ ਮੇਰੇ ਪਰਿਵਾਰ ਦੇ ਬਾਕੀ ਮੈਂਬਰ ਸਾਰਾ ਮੇਰਾ ਸਾਥ ਛੱਡ ਕੇ ਸੀ ਗੁੜੀਆ ਹੋਣ ਵਾਲੀ ਸੀ ਸਿਵਲ ਹੋਸਪਿਟਲ ਵਾਲੇ ਨੇ ਜਵਾਬ ਦੇ ਦਿੱਤਾ ਸੀ ਮੇਰੀ ਜੇਬ 'ਚ ਉਸ ਵਕਤ 500 ਰੁਪਈਆ ਸੀ ਇਹ ਸੋਚਦਾ ਸੀ ਕਿ ਮੈਂ ਹੁਣ ਕੀ ਕਰਾਂ ਅਤੇ ਕਿੱਧਰ ਨੂੰ ਜਾਵਾਂ ਅਤੇ ਉਸ ਵਕਤ ਅਸ਼ਨੀ ਅੰਕਲ ਜੀ ਸਾਨੂੰ ਪਹਿਲਾਂ ਮਿਲੇ ਹੋਏ ਸੀ ਉਹਨਾਂ ਨੇ ਬਾਈ ਜੀ ਦੇ ਹੱਥ ਬਾਂਹ ਫੜਾਈ ਅਤੇ ਜਿਸ ਤਰ੍ਹਾਂ ਮੈਂ ਇਹ ਕਹਿ ਸਕਦਾ ਕਿ ਜਿਸ ਤਰ੍ਹਾਂ ਅਕਾਲ ਪੁਰਖ ਮਹਾਰਾਜੇ ਆ ਜਿਨ੍ਹਾਂ ਦੀ ਬਾਂਹ ਇੱਕ ਵਾਰੀ ਫੜ ਲੈ ਨਹੀਂ ਛੱਡਦੇ ਉਸ ਤਰ੍ਹਾਂ ਇਹ ਆ ਇਹਨਾਂ ਨੇ ਸਾਡਾ ਸਾਥ ਨਹੀਂ ਛੱਡਿਆ ਹਜੇ ਤੱਕ ਅਤੇ ਨਾ ਹੀ ਛੱਡਣਗੇ ਵੀ ਮੈਨੂੰ ਪਤਾ ਜੇ ਮੈਨੂੰ ਕੁਝ ਹੋ ਵੀ ਜਾਵੇ ਮੈਨੂੰ ਪਤਾ ਹੈ ਕਿ ਭਾਈ ਜੀ ਮੇਰੇ ਪਰਿਵਾਰ ਦਾ ਪੂਰਾ ਸਾਥ ਨਹੀਂ ਹੋਊਗਾ ਇਹ ਵਾਹਿਗੁਰੂ ਕਰਾਉਂਦਾ ਟੈਨਸ਼ਨ ਲੈ ਅਸੀਂ ਕੁਛ ਨਹੀਂ ਕਰ ਰਹੇ ਉਹ ਅਕਾਲ ਪੁਰਖ ਹੀ ਕਰ ਰਿਹਾ ਸਾਰਾ ਕੁਛ ਬਾਕੀ ਮੈਨੂੰ ਅਕਾਲ ਪੁਰਖ ਅਤੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆਉਂਦਾ ਇੰਨੀ ਬੇਨਤੀ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਲਿਆ ਕੇ ਜੀ ਨਹੀਂ ਤਾਂ ਕਦੀ ਵੀ ਨਹੀਂ ਆ ਸਕਦੇ ਵਾਹਿਗੁਰੂ ਕਰਾਉਂਦਾ ਸਾਨੂੰ ਸੱਚੇ ਪਾਤਸ਼ਾਹ ਮੈਂ ਕੱਲ੍ਹ ਪਰਸੋਂ ਅਸ਼ਵਨੀ ਨੇ ਮੇਰੀ ਗੱਲ ਹੁੰਦੀ ਸੀ ਹਾਂਜੀ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਵੀ ਉਹਨਾਂ ਨੂੰ ਗੱਡੀ ਲੈਣੀ ਗਏ ਉਹਨਾਂ ਨੇ ਹਾਂਜੀ ਬੁੜੀਆ ਜੀ ਉਹਨਾਂ ਦੀ ਕੱਲ੍ਹ ਖੜੇ ਭਾਈ ਕੁੜੀ ਗੱਡੀ ਲੈ ਲਈ ਮਿਹਰਬਾਨੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੀ ਆ ਬੀਤੀਆਂ 'ਚ ਲਿਆ ਕੇ ਸੀਮੈਂਟ ਪਾ ਲਓ ਇਹਨੂੰ ਕੁੜੀ ਨੂੰ ਪਿਲਾ ਲਓ ਚਾਹ ਪਾਣੀ ਪਿਲਾਓ ਤੁਹਾਨੂੰ ਵਾਰਕਾਂ ਬਹੁਤ ਬਹੁਤ ਬਿੱਲੇ ਆਪਣੇ ਸੋਨੇ ਉਹ ਸੋਨਿਆ ਆ ਪ੍ਰਸ਼ਾਦ ਨੇ ਪੁੱਤ ਸਾਰਿਆਂ ਨੂੰ ਵਰਤਾ ਲਏ ਥੋੜ੍ਹਾ ਥੋੜ੍ਹਾ ਸਾਰਿਆਂ ਨੂੰ ਵਰਤਾ ਲਈ ਕਪੂਲਾ ਰਹੇ ਹਾਂਜੀ ਹਾਂਜੀ ਪਹਿਲਾਂ ਬਥੇਰੇ ਲੱਗੇ ਨੇ ਉਹ ਮਿਲਿਆ ਨੇ ਡੇਢ ਮਹੀਨਾ ਹੋ ਗਿਆ ਇਹ ਮਿੰਟ 'ਚ ਮਿਲ ਗਿਆ ਸਾਨੂੰ ਇਹ 4.25 ਲੱਖ ਦਾ ਪਿਆ ਜੀ ਮ
चार साल दी किस्तां बणियां हैगियां रिपेयर कोई नहीं निकलनी किन्ने साल दो साल है ना खर्चा तेरा रिपेयर दा 5000 जे पुराना फोन आले चार साल दी किस्तां रहंदियां वाहिगुरु जी का खालसा वाहिगुरु जी की फतेह। अज बड़ा जानी के साडे कह दी संस्था वास्ते खुशी का दिन आ भी असीं एक परिवार नूं कह दी रोटी पाउण दे राह ते पाउण दी कोशिश कीती। एक छोटी जी भी एक हैंडीकैप्ट वीर सी साडा हरविंदर सिंह इन्हां दी वाइफ आ भैण इह प्रीति भैण ते इह दोनों हैंडीकैप्ट आ 100% हैंडीकैप्ट आ ते इह वीर 50% हैंडीकैप्ट आ ते इन्हां ने एक छोटी जी बच्ची हुई है जी एकम जिहड़ी तुसीं देख रहे हो निक्की जी एकम इह ते जिहड़ी एकम दी किस्मत नूं अज वाहिगुरु ने कृपा दे किस्मत नूं फल लाया ते इन्हां ऑटो लिया ये किस्तां दे वीर ने ते कुछ असी हैल्प की साडी सच्चे पातशाह ने साडी टीम तो हैल्प करवाई वाहिगुरू ने ते कुछ होर वीर ने भी इस वीर की हैल्प की आ जिदे नाल किस्तां ते एक ऑटो लै सकिया वा ते जिदे नाल ये अपनी जिंदगी जिहड़ी चला सकदा अपनी रोजी रोटी नूं चला के अपनी जिंदगी नूं वधिया तरीके नाल ते अपनी बच्ची नूं वधिया तरीके नाल पाल सकदा वा क्योंकि तुसीं सोच नहीं सकते जिहड़े दोनों हसबेंड वाइफ ही हैंडीकैप्ट होण ते बच्ची छोटी जी एक घर दे विच होवे ते कोई कमाई का साधन ना होवे ते कोई घर भी ना होवे किराए ते रह रहा परिवार ते कितना औखा हो जांदा जिंदगी नूं कट्टना जी ते उस तों उपर इस भैन दे बैक साइड ते बैड सोल होया है बहुत ज़्यादा ते होर काफ़ी प्रॉब्लमां वा फिजिकली इन्हां नूं पर फिर भी वाहिगुरू ने कृपा करी इस वाहिगुरू ने जिहड़ी किस्मत वाले जोड़े नूं इक औलाद बख्शी इन्नियां जाने कि भैन नूं प्रॉब्लम आई हैं डॉक्टर दसदे सीगे जिस टाइम बच्ची हुई आ तो उस तो पहला भी बहुत जाने कि कॉम्प्लीकेशन सीगी पर वाहिगुरू ने बहुत कृपा की सानू ये वीर मिले ही इस कारण सीगे जो इस बच्ची का जन्म होने वाला सीगा तो सानू साडे टीम के मैंबर अश्विनी जी तो उन्होंने सानू दस्या भी इदा करके एक परिवार आ भी असी भी उन्होंने हैल्प करते रहने टाइम टू टाइम भी सानू बड़ी माड़ी हालत के एक बारी बच्ची पानी के बैठी सानू मिली सी वो तो उदों के असी इस परिवार में जुड़े हुए हैं तो फिर असी भैन इन्हों के परिवार ने मिले भैन प्रीति को बुलाया उसे हॉस्पिटल चैकअप करवाया फिर इन्हों उस टाइम बेबी होने वाला सीगा डिलीवरी हॉस्पिटल के दीपक के हुई जो कि सर्जेरियन के नाल काफ़ी मेजर तुहानू जिवें दस्सिया कॉम्प्लीकेटड केस सीगा पर उस काल पुरख ने कृपा की बच्ची भी स्वस्थ पैदा हुई तो सारा कुछ उस तो बाद भैन भी बहुत ठीक अगे नालों सब तो वड्डी गल आ भी जिहड़ी बेटी का ना एकम रखिया इन्होंने तो वो किस्मत इन्नी वधिया भी उसका बाप काफ़ी सालों तो संघर्ष कर रहा है जिंदगी दे विच अपनी दे ते उन्हों फल लग्या ते वीर नूं अज एक अपनी गड्डी ऑटो मिल गई आ जिहदे नाल ये अपने बच्चों का बच्चे का अपने परिवार का पालन पोषण कर सकता इन्हां दे माता जी है जी रविंदर दे ते इह प्रीति दे प्रीति दे माता जी है जी तो यानी कि परिवार दे विच अज साडे कोल आए ने लड्डू लैके सारे साडे परिवारक मैंबरां दा मूँह मिठा कराउण लई सच्चे पातशाह मेहर करे तुहानू भी सारयां नूं बेनती है भी इस परिवार से मेहर भरिया हाथ रखने लई वाहिगुरू का अगे अरदास जरूर करो भी वाहिगुरू इन्हां ते मेहर भरिया हाथ रखण एकम अपनी जिंदगी दे विच सारियां खुशियां प्राप्त करे जिहड़ियां कि आम बच्चों वांग ज्योवे तो वधिया तरीके नाल अपनी जिंदगी कढे ते इन्हां दा परिवार भी प्रीति भैण ने भी बहुत तकलीफां देखियां हरिंदर सिंह ने भी बहुत परिवार ने जदों जिवें कि तुहानू शुरू जी दस्सिया वा भी एक हैंडीकैप्ट जिंदगी कढ़नी बहुत औखी आ तो फिर उन्होंने उस जिंदगी दे विच गृहस्थी जीवन जिउणा परिवार दे विच बच्चे पालने सारा कुछ करना उस तो भी कठिन आ जी तो पर वीर कर रहा है भैन दोनों जणे ने पीड़ा चुकिया तो वाहिगुरू कृपा करे तुसीं अरदास जरूर करियो इस वास्ते जी तो साडा नंबर 9798030071 आ जी 8288 ते 0071 आ जी इन्हां नंबरां ते संपर्क करके कोई भी वीर बारे जानकारी लैनी होवे जां भैन बारे सातों लै सकदे हो जे कोई वीर जां भैन इन्हां दी हैल्प भी करना चाहुंदा तां उह वी साडे नाल संपर्क कर सकदे आ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਤੁਸੀਂ ਹੁਣ ਤੁਸੀਂ ਇੱਕ ਨਾਣਾ ਨਾ ਵਿਆਹ ਕਰਾਉਂ ਸਰਦਾਰ ਮੰਨਾ ਤੁਸੀਂ ਮੇਰੇ ਵਾਸਤੇ ਤੁਸੀਂ ਰੱਬ ਹੈ ਜੀ ਨਹੀਂ ਨਹੀਂ ਰੱਬ ਉਹ ਸਾਡਾ ਰੱਬ ਵੀ ਵੈਸੇ ਤਾਂ ਬੰਦਾ ਹੀ ਆ ਇੱਕਮ ਦੀ ਕਿਸਮਤ ਸੀ।